द खालस टीवी इस वेले की वड्डी खबर तख्त सचखंड श्री हजूर साहब विखे जो पंजाब की संगत मौजूद है 4000 के करीब उन्होंने लिए वड्डी खबर है। मुख्यमंत्री कैप्टन अमरिंदर सिंह ने जानकारी दिती है अपने फेसबुक अकाउंट से कि उन्होंने हुणे ही महाराष्ट्र के मुख्यमंत्री उद्धव ठाकरे के नाल गलबात हुई है। उद्धव ठाकरे का फोन मुख्यमंत्री कैप्टन अमरिंदर सिंह नूं आया तो उन्होंने जानकारी दिती है कि केंद्र वल्लों महाराष्ट्र सरकार नूं चिट्ठी पहुँच चुकी है। चिट्ठी पहुंची है प्रवानगी दी कि पंजाब की जिहड़ी संगत है तख्त सचखंड श्री हजूर साहिब नांदेड़ साहिब विखे मौजूद है उसनू पंजाब भेजन के प्रबंध किए जाण। कैप्टन अमरिंदर सिंह ने ऐलान किया कि असी यानी कि पंजाब की सरकार है जिहड़ी वह सारे जिहड़े ट्रांसपोर्ट के प्रबंध है वह करेगी तो किसी नूं भी खर्चा नहीं करना पएगा। पंजाब वापस आने के लिए पंजाब के नागरिकां नूं पंजाब के श्रद्धालुओं नूं सारा खर्चा कैप्टन सरकार करेगी। इस खबर के नाल एक होर खबर राहत वाली यह है तख्त सचखंड श्री हजूर साहब विखे जो श्रद्धालु मौजूद सके 4000 के करीब उन्होंने 90 की गिणती के पंजाब के श्रद्धालु ने जिहड़े वह चल पे सी आपो अपनिया प्राइवेट टैक्सियां करके पर मध्य प्रदेश के स्टक हो गए सी क्योंकि मध्य प्रदेश सरकार ने इंदौर शहर के नेड़े उन्होंने रोक लिया सेगा क्योंकि उन्होंने कोल लांघे का जिहड़ा है करफ्यू पास नहीं सी मध्य प्रदेश विचों लंघण दा। पर मीडिया दे विचों खबर आई दा खालस टीवी ने भी उस खबर नूं प्रमुखता दे नाल दिखाया। उस तो बाद उत्थों दे एमपी ने सिख एमपी ने उन्होंने भी असी गलबात कीती सी तां सारियां जिहड़ियां कोशिशां बहुत सारे लोगों ने कोशिशां कीतियां उन्होंने कोशिशां का नतीजा यह निकलिया कि उन्होंने मध्य प्रदेश सरकार ने पास दिता सी ट्रैवल पास दे दिता सी ते वह भी पंजाब आपो अपने घरां दे विच पहुँच चुके ने। कोई मोहाली नाल संबंधित सी कोई फतेहगढ़ साहिब तो सी कोई गुरदासपुर तो सी उह सारे जिहड़े सीगे 43 जने एक्चुअली उत्थे स्टक हो गए सी। बाकी जिहड़े कुछ होर राहां दे विच दी पै गए जां फिर उन्हां तों पहलां निकले आए वह भी सारे आपो अपने घर पहुँच चुके ने ते हुण जिहड़ी 4000 दे करीब संगत है ਉਹ ਉੱਥੇ ਜੋ ਹੈ ਹਲੇ ਤੱਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਉਹ ਹੁਣ ਸਰਕਾਰ ਦੇ ਵੱਲੋਂ ਜੋ ਪ੍ਰਬੰਧ ਕੀਤਾ ਜਾਏਗਾ ਉਸ ਰਾਹੀਂ ਵਾਪਸ ਆਪੋ ਆਪਣੇ ਘਰ ਪਹੁੰਚੇਗੀ। ਇਹ ਸਾਰੀ ਜਿਹੜੀ ਸੰਗਤ ਹੈ ਉਹ 12 ਮਾਰਚ ਤੋਂ ਲੈ ਕੇ 19 ਮਾਰਚ ਤੱਕ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚੀ ਸੀ ਪਰ ਉਸ ਤੋਂ ਬਾਅਦ ਜਦੋਂ ਭਾਰਤ ਦੇ ਵਿੱਚ ਲੋਕਡਾਊਨ ਹੋਇਆ ਪੰਜਾਬ ਦੇ ਵਿੱਚ ਕਰਫਿਊ ਲੱਗ ਗਿਆ ਤਾਂ ਸੰਗਤ ਦਾ ਉੱਥੋਂ ਇੱਥੇ ਆਉਣ ਦਾ ਕੋਈ ਵੀ ਸਾਧਨ ਬਚਿਆ ਨਹੀਂ ਸੀ। ਰੇਲਾਂ ਬੰਦ ਹੋ ਗਈਆਂ ਸੀ, ਬੱਸਾਂ ਬੰਦ, ਹਵਾਈ ਜਹਾਜ਼ ਬੰਦ, ਇਸ ਕਰਕੇ ਹੁਣ ਤੱਕ ਉੱਥੇ ਹੀ ਸੰਗਤ ਮੌਜੂਦ ਸੀ। ਪਹਿਲਾਂ ਇਹ ਸੀ ਕਿ 21 ਦਿਨ ਦੇ ਕਰਫਿਊ ਤੋਂ ਬਾਅਦ 21 ਦਿਨ ਦੇ ਲੋਕਡਾਊਨ ਤੋਂ ਬਾਅਦ ਸਭ ਕੁਝ ਖੁੱਲ ਜੂਗਾ ਅਤੇ ਉਹ ਆ ਜਾਣਗੇ ਆਪੋ ਆਪਣੇ ਘਰ ਪਰ ਉਸ ਤੋਂ ਬਾਅਦ ਫਿਰ 20 ਦਿਨ ਦਾ ਲੋਕਡਾਊਨ ਹੋਰ ਵਧਾ ਦਿੱਤਾ ਗਿਆ 3 ਮਈ ਤੱਕ। ਤਾਂ ਸੰਗਤ ਕਿਤੇ ਨਾ ਕਿਤੇ ਅਪੀਲਾਂ ਕਰ ਰਹੀ ਸੀ, ਆਸ ਕਰ ਰਹੀ ਸੀ ਕਿਉਂਕਿ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਪੂਰਾ ਪੂਰਾ ਪਰਿਵਾਰ ਨਹੀਂ ਗਿਆ ਹੋਇਆ ਸੀ, ਉਹਨਾਂ ਦੇ ਅੱਧੇ ਪਰਿਵਾਰ ਇੱਧਰ ਅੱਧੇ ਉੱਥੇ ਅਤੇ ਫਿਰ ਫਿਕਰਾਂ ਦੇ ਵਿੱਚ ਜ਼ਰੂਰ ਪਏ ਹੋਏ ਸੀ। ਹਾਲਾਂਕਿ ਉੱਥੇ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਉਸ ਦੇ ਵਿੱਚ ਕੋਈ ਕਮੀ ਨਹੀਂ ਹੈ। ਸੰਗਤ ਜੋ ਦੱਸਦੀ ਹੈ ਉਸ ਦੇ ਮੁਤਾਬਿਕ ਕਿ ਕੋਈ ਕਮੀ ਨਹੀਂ, ਨਿਵਾਸ ਦੀ, ਰਹਿਣ ਦੀ, ਦਵਾਈਆਂ ਦੀ, ਹਜ਼ੂਰ ਸਾਹਿਬ ਦਾ ਜਿਹੜਾ ਲੰਗਰ ਹਾਲ ਹੈ ਉਸ ਦੇ ਸਾਹਮਣੇ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਹੀ ਹਸਪਤਾਲ ਵੀ ਬਣਾਇਆ ਹੋਇਆ। ਹਸਪਤਾਲ ਦੇ ਵਿੱਚ ਸਭ ਨੂੰ ਦਵਾਈਆਂ ਮਿਲਦੀਆਂ ਸੀ, ਬੱਚਿਆਂ ਨੂੰ ਜਿਨ੍ਹਾਂ ਨੂੰ ਦੁੱਧ ਚਾਹੀਦਾ ਦੁੱਧ ਮਿਲਦਾ ਸੀ, ਸਮੱਸਿਆ ਕੋਈ ਨਹੀਂ ਸੀ। ਪਰ ਹਰ ਕਿਸੇ ਨੂੰ ਸੀ ਕਿ ਬਹੁਤ ਦਿਨ ਹੋ ਰਹੇ ਨੇ ਅਤੇ ਆਪੋ ਆਪਣੇ ਘਰ ਹਰ ਕੋਈ ਆਉਣਾ ਚਾਹੁੰਦਾ ਸੀ ਕਿਉਂਕਿ ਮਹਾਂਮਾਰੀ ਫੈਲੀ ਹੋਈ ਹੈ। ਹਰ ਕਿਸੇ ਨੂੰ ਹੁੰਦਾ ਕਿ ਉਹ ਆਪਣੇ ਪਰਿਵਾਰ ਦੇ ਨਾਲ ਮੌਜੂਦ ਹੋਵੇ, ਇਸ ਵਕਤ ਦੇ ਵਿੱਚ ਥੋੜ੍ਹੀ ਫਿਕਰ ਜਿਹੜੀ ਉਹ ਜ਼ਰੂਰ ਹੁੰਦੀ ਹੈ। ਪਿਛਲੇ ਦਿਨੀ ਫਿਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਾਣਕਾਰੀ ਦਿੱਤੀ ਸੀ ਕਿ ਕੇਂਦਰ ਸਰਕਾਰ ਨੇ ਜਿਹੜੀ ਆਗਿਆ ਹੈਗੀ ਆ ਉਹ ਦੇ ਦਿੱਤੀ ਹੈ ਅਤੇ ਚਿੱਠੀ ਮਹਾਰਾਸ਼ਟਰ ਸਰਕਾਰ ਕੋਲ ਪਹੁੰਚ ਚੁੱਕੀ ਹੈ। ਪਰ ਕੱਲ੍ਹ ਜਦੋਂ ਅਸੀਂ ਇਸ ਖਬਰ ਦੀ ਪੜਤਾਲ ਕੀਤੀ ਤਾਂ ਇਹ ਪਤਾ ਲੱਗਿਆ ਸੰਗਤ ਜਿਹੜੀ ਉੱਥੇ ਬੈਠੀ ਹੈ ਉਹਦੀ ਰਵਾਨਗੀ ਦੇ ਲਈ ਪੰਜਾਬ ਵੱਲ ਚਾਲੇ ਪਾਉਣ ਦੇ ਲਈ ਕੋਈ ਚਿੱਠੀ ਹੈ ਜਿਹੜੀ ਨਹੀਂ ਪਹੁੰਚੀ ਮਹਾਰਾਸ਼ਟਰ ਸਰਕਾਰ ਦੇ ਕੋਲ। ਚਿੱਠੀ ਜਿਹੜੀ ਕੇਂਦਰ ਸਰਕਾਰ ਨੇ ਇਹ ਜ਼ਰੂਰ ਭੇਜੀ ਸੀ ਕਿ ਜਿੰਨੇ ਵੀ ਲੋਕ ਜਿਹੜੇ ਬਾਹਰਲੇ ਸੂਬਿਆਂ ਤੋਂ ਮਹਾਰਾਸ਼ਟਰ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚਾਇਆ ਜਾਵੇ। ਕੱਲ੍ਹ ਫਿਰ ਰਾਤ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਖਬਰ ਦੇ ਉੱਤੇ ਮੋਹਰ ਲਾ ਦਿੱਤੀ ਜਿਹੜੀ ਅਸੀਂ ਪਹਿਲਾਂ ਹੀ ਪਾ ਚੁੱਕੇ ਸੀ ਕਿ ਕੇਂਦਰ ਦੇ ਵੱਲੋਂ ਹਾਲੇ ਮਹਾਰਾਸ਼ਟਰ ਸਰਕਾਰ ਨੂੰ ਪ੍ਰਵਾਨਗੀ ਨਹੀਂ ਮਿਲੀ। ਕੈਪਟਨ ਸਾਹਿਬ ਨੇ ਵੀ ਕਿਹਾ ਕਿ ਉਹਨਾਂ ਦੀ ਮੁੱਖ ਮੰਤਰੀ ਉਦਵ ਠਾਕਰੇ ਨਾਲ ਗੱਲ ਹੋਈ ਹੈ ਅਤੇ ਹਾਲੇ ਕੇਂਦਰ ਨੇ ਕੋਈ ਪ੍ਰਵਾਨਗੀ ਨਹੀਂ ਦਿੱਤੀ। ਅਤੇ ਅੱਜ ਕੈਪਟਨ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰਵਾਨਗੀ ਦੀ ਚਿੱਠੀ ਹੈ ਜਿਹੜੀ ਮਹਾਰਾਸ਼ਟਰ ਸਰਕਾਰ ਕੋਲ ਪਹੁੰਚ ਚੁੱਕੀ ਹੈ। ਹੁਣ ਉਹ ਸੰਗਤ ਦੇ ਆਉਣ ਦਾ ਪ੍ਰਬੰਧ ਹੈ ਜਿਹੜਾ ਉਹ ਕਦੋਂ ਹੋਵੇਗਾ, ਕਿਹੜੀ ਉਹ ਘੜੀ ਆਏਗੀ ਜਦੋਂ ਅਨਾਊਂਸਮੈਂਟ ਹੋਏਗੀ ਕਿ 19 ਤਰੀਕ ਨੂੰ ਸੰਗਤ ਹੈ ਜਿਹੜੀ ਉੱਥੋਂ ਚੱਲ ਰਹੀ ਹੈ ਆਪੋ ਆਪਣੇ ਘਰਾਂ ਦੇ ਲਈ। ਭਾਵੇਂ ਕਿ ਇਸ ਪੂਰੇ ਮਸਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਸਿਆਸਤ ਜ਼ਰੂਰ ਹੋਈ, ਸਰਕਾਰਾਂ ਦੀ ਨਾਕਾਮੀ ਹੈ ਜਿਹੜੀ, ਕੈਪਟਨ ਸਰਕਾਰ ਦੀ ਜ਼ਾਹਿਰ ਤੌਰ 'ਤੇ ਨਾਕਾਮੀ ਹੋਈ। ਕੈਪਟਨ ਸਾਹਿਬ ਨੇ ਮਾਰਚ ਦੇ ਵਿੱਚ ਜਿਹੜਾ ਇੱਕ ਵਾਰੀ ਚਿੱਠੀ ਲਿਖਤੀ ਅਮਿਤ ਸ਼ਾਹ ਨੂੰ, ਉਸ ਤੋਂ ਬਾਅਦ ਕੋਈ ਪੈਰਵਾਈ ਨਹੀਂ ਕੀਤੀ, ਬਹੁਤ ਵਾਰੀ ਖਬਰਾਂ ਦਿਖਾਈਆਂ। ਅਸੀਂ ਵੀ ਇਸ ਖਬਰ ਨੂੰ ਹਰ
वेले जदों जदों लोड़ हुई उदों दिखाया, संगत की जिहड़ी मंग है उसनू सरकार तक पहुँचाउण की कोशिश की। पर खबर है जिहड़ी उदों सियासतदानां ने चक्की जदों मध्य प्रदेश दे विच संगत आ के फस गई सी, उस तों बाद केंद्रीय मंत्री हरसिमरत कौर बादल इस दे विच कुद पए ते फिर कैप्टन साहब ने भी इस मसले दे विच थोड़ा अपनी दिलचस्पी दिखाई, मुख्यमंत्री नाल गलबात कीती। मुख्यमंत्री नाल इह गलबात पहलां भी हो सकती सी, केंद्रीय मंत्री अमित शाह नूं कैप्टन अमरिंदर सिंह ने एक बारी चिट्ठी जरूर लिखी सी पर उसनूं चेज़अप शायद नहीं कीता, दोबारा उसका फॉलोअप लेना चाहिए सी, बार बार फोन करना चाहिए सी, तां इस तों पहलां ही यह मसला शायद हल हो जाता। हुण दिल्ली दे विच जिहड़ी संगत फसी हुई है, दिल्ली दे विच पंजाब दे लोक फसे हुए ने, उहनां दे लई कैप्टन साहब कदों कुछ करनगे इह भी देखना काफ़ी अहम रहेगा, क्योंकि सरकारां चाहुण तां कुछ भी कर सकदियां ने, इहदे विच कोई दो राय नहीं है। ते सरकार दी मंजूरी तों बिना एक थां तों दूजी थां ते फसे हुए शरधालू ने जिहड़े जां लोक ने उह नहीं पहुँच सकदे। सो सरकारां ने लॉकडाउन लाया ते लॉकडाउन दे विच फसे लोकां दीआं मुश्किलां हल करना भी सरकार दी ही जिम्मेवारी है। सो असीं संगत नूं अपील जरूर करांगे कि हुण सरकार ने जिहड़ी आग्या दे दित्ती है, हालांकि लिखती रूप दे विच कुछ नहीं साडे तक पहुंचिया, हाले तक कुछ भी अधिकारित तौर ते किते उह चिट्ठी है जिहड़ी उह नहीं देखण नूं मिल रही, पर मुख्यमंत्री कैप्टन अमरिंदर सिंह ने खुद जानकारी दित्ती है, तां इक बहुत वड्डा रैफरेंस है, बहुत वड्डा रैफरेंस हुंदा है मुख्यमंत्री दा, सूबे दे मुख्यमंत्री दा, तां यानी कि इह खबर पक्की है कि केंद्र ने मंजूरी दे दित्ती। हुण महाराष्ट्र सरकार किन्नी क तेजी दे नाल इस प्रक्रिया नूं अगे वधाएगी, लिखती जिहड़ी परमिशन उह जारी करेगी इन इस संगत दे उत्थों रवाना होण दी, ते कैप्टन सरकार किन्ने क टाइम दे विच बसां दा जां ट्रांसपोर्ट दा प्रबंध करेगी, इह भी हुण जिहड़ा है कैप्टन दोवां सरकारां दे लई इक चुनौती है। ते जाहिर तौर पर असीं भी संगत तों अपील करांगे कि हुण जिवें पहलां संगत है जिहड़ी चल पई सी उत्थों आपो अपणियां टैक्सियां करके, उस तरह की हुण कोई भी संगत है जिहड़ी अपने पद्धर ते बिल्कुल ना हजूर साहिब तों चले, सरकार हुण अपने प्रबंध ते तुहानूं लैके आएगी, ते असीं भी इस मसले नूं चकदे रहांगे।